ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀ ਰਾਜ ਹੈ। ਤਾਲਿਬਾਨੀ ਰਾਜ ਆਉਣ ਤੋਂ ਬਾਅਦ ਇੱਥੋਂ ਦੀਆਂ ਮਹਿਲਾਵਾਂ ਤੇ ਬਹੁਤ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਪਰ ਹੁਣ ਪੁਰਸ਼ ਵੀ ਤਾਲਿਬਾਨ ਸਰਕਾਰ ਦੇ ਨਿਸ਼ਾਨੇ ਤੇ ਆ ਗਏ ਨੇ। ਜਿਹੜੇ ਪੁਰਸ਼ ਵੱਖ-ਵੱਖ ਤਰ੍ਹਾਂ ਦੀਆਂ ਦਾੜ੍ਹੀਆਂ ਰੱਖਣ ਤੇ ਲਿਬਾਸ ਪਾਉਣ ਦੇ ਸ਼ੌਕੀਨ ਨੇ ਉਹਨਾਂ ਦੇ ਲਈ ਇਹ ਖਬਰ ਸਹੀ ਨਹੀਂ ਹੈ। ਤਾਲੀਬਾਨ ਸਰਕਾਰ ਨੇ ਹੁਣ ਪੁਰਸ਼ਾਂ ਤੇ ਵੀ ਜੀਨ ਪਾਉਣ ਦੀ ਪਾਬੰਦੀ ਲਾ ਦਿੱਤੀ ਹੈ। ਉਹਨਾਂ ਨੂੰ ਦਾੜੀ ਕਟਵਾਉਣ ਤੇ ਵੀ ਪਾਬੰਦੀ ਲਾ ਦਿੱਤੀ ਹੈ। ਜਿਹੜੀਆਂ ਨਵੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਉਹਨਾਂ ਦੇ ਵਿੱਚ ਖਾਸ ਹੈ ਪੁਰਸ਼ਾਂ ਦੇ ਲਈ ਕਿ ਵਾਲ ਕੱਟਣ ਤੇ ਛੋਟੀ ਦਾੜੀ ਕੱਟਣ ਤੇ ਪਾਬੰਦੀ ਰਹੇਗੀ। ਯਾਨੀ ਕਿ ਕੋਈ ਵੀ ਛੋਟੀ ਦਾੜੀ ਨਹੀਂ ਰੱਖ ਸਕਦਾ, ਵਾਲ ਨਹੀਂ ਕੱਟ ਸਕਦਾ। ਪੁਰਸ਼ਾਂ ਨੂੰ ਆਪਣੀਆਂ ਔਰਤਾਂ ਤੇ ਰਿਸ਼ਤੇਦਾਰੀਆਂ ਵਿਚਲੀਆਂ ਔਰਤਾਂ ਤੋਂ ਇਲਾਵਾ ਕਿਸੇ ਵੀ ਦੂਸਰੀ ਔਰਤ ਵੱਲ ਵੇਖਣ ਤੇ ਵੀ ਪਾਬੰਦੀ ਹੋਵੇਗੀ। ਯਾਨੀ ਕਿ ਆਪਣੀਆਂ ਬੀਬੀਆਂ ਤੋਂ ਇਲਾਵਾ ਕਿਸੇ ਹੋਰ ਵੱਲ ਦੇਖ ਵੀ ਨਹੀਂ ਸਕਦੇ। ਲਿਬਾਸ ਤੇ ਵਿਵਹਾਰ ਦੇ ਵਿੱਚ ਗੈਰ ਮੁਸਲਮਾਨਾਂ ਦੀ ਰੀਸ ਕਰਨ ਤੇ ਦੀ ਹੈ ਰਮਜ਼ਾਨ ਮਹੀਨੇ ਵਿੱਚ ਰੋਜ਼ੇ ਰੱਖਣੇ ਤੇ ਨਮਾਜ਼ ਪੜ੍ਹਨ ਆ ਲਾਜ਼ਮੀ ਹੈ ਇਸਲਾਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਵੀ ਪਾਬੰਦੀ ਰਹੇਗੀ ਅਮਰੀਕਾ ਦੇ ਵਿੱਚ ਭਖੇ ਹੋਏ ਰਾਸ਼ਟਰਪਤੀ ਚੋਣ ਮਾਹੌਲ ਦਰਮਿਆਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਐਤਕੀ ਵੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ 트ੰਪ ਨੇ ਕਿਹਾ ਹੈ ਕਿ ਈਰਾਨ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਪਰ ਉਹ ਕਾਮਯਾਬ ਨਹੀਂ ਹੋਇਆ ਕਹਿੰਦੇ ਈਰਾਨ ਇਸ ਤਰ੍ਹਾਂ ਦੀ ਕੋਸ਼ਿਸ਼ ਦੁਬਾਰਾ ਵੀ ਕਰ ਸਕਦਾ ਹੈ 트럼ਪ ਨੇ ਲਿਖਿਆ ਕਿ ਮੇਰੀ ਜਾਨ ਨੂੰ ਈਰਾਨ ਤੋਂ ਬਹੁਤ ਖਤਰਾ ਹੈ ਪੂਰੀ ਅਮਰੀਕੀ ਫੌਜ ਦੇਖ ਰਹੀ ਹੈ ਤੇ ਉਡੀਕ ਕਰ ਰਹੀ ਹੈ ਈਰਾਨ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਪਰ ਈਰਾਨ ਅਸਫਲ ਰਿਹਾ ਪਰ ਹੁਣ ਉਹ ਦੁਬਾਰਾ ਕੋਸ਼ਿਸ਼ ਕਰੂਗਾ ਇਹ ਕਿਸੇ ਲਈ ਚੰਗੀ ਸਥਿਤੀ ਨਹੀਂ ਹੈ ਮੈਂ ਹੋਰ ਲੋਕਾਂ ਬੰਦੂਕਾਂ ਤੇ ਹਥਿਆਰਾਂ ਨਾਲ ਕਿਰਿਆ ਹੋਇਆ ਮੈਂ ਪਹਿਲਾਂ ਕਦੇ ਵੀ ਇਸ ਤੋਂ ਵੱਧ ਲੋਕਾਂ ਨਾਲ ਕਿਰਿਆ ਨਹੀਂ ਰਿਹਾ ਰੂਸ ਨੇ ਯੂਕਰੇਨ ਦੇ ਉੱਤਰ ਪੂਰਬੀ ਸ਼ਹਿਰ ਖਾਰਕੀਵ ਦੇ ਵਿੱਚ ਇੱਕ ਤਾਜ਼ਾ ਹਮਲਾ ਕੀਤਾ ਹੈ ਨਾ ਹਮਲੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ 31 ਲੋਕ ਜ਼ਖਮੀ ਹੋਏ ਨੇ ਗਾਈਡਡ ਗ ਨੇ ਚਾਰ ਜ਼ਿਲ੍ਹਿਆਂ ਦੇ ਵਿੱਚ ਅਟੈਕ ਹੋਇਆ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਅਪਾਰਟਮੈਂਟਾਂ ਇੱਕ ਬੇਕਰੀ ਤੇ ਇੱਕ ਸਟੇਡੀਅਮ ਨੂੰ ਨਿਸ਼ਾਨਾ ਬਣਾਇਆ ਸਾਫ਼ ਹੈ ਕਿ ਉਹਨਾਂ ਦੇ ਹਮਲੇ ਦਾ ਨਿਸ਼ਾਨਾ ਯੂਕਰੇਨੀ ਨਾਗਰਿਕ ਸਨ ਚੀਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਇੰਟਰਕੰਟੀਨੈਂਟਲ ਬੈਲਿਸਟਿਕ ਮਿਜ਼ਾਈਲ ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ ਜਿਸ ਵਿੱਚ ਡਮੀ ਵਾਰ ਹੈਡ ਦੀ ਵਰਤੋਂ ਕੀਤੀ ਗਈ ਸੀ ਚੀਨ ਨੇ ਇਸ ਨੂੰ ਰੂਟੀਨ ਟੈਸਟ ਦੱਸਿਆ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਦਾ ਬਿਆਨ ਹੈਰਾਨ ਕਰਨ ਵਾਲਾ ਹੈ ਕਿਉਂਕਿ ਉਸਨੇ ਆਖਰੀ ਵਾਰ 1980 ਦੇ ਦਹਾਕੇ ਵਿੱਚ ਇੱਕ ਅੰਤ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦਾ ਪਰਖਣ ਕੀਤਾ ਸੀ ਇਹ ਰੂਟੀਨ ਟੈਸਟ ਕਿਵੇਂ ਹੋ ਸਕਦਾ ਜਦਕਿ ਚੀਨ ਕਹਿੰਦਾ ਕਿ ਇਹ ਟੈਸਟ ਉਸਦੀ ਫੌਜ ਦਾ ਰੂਟੀਨ ਤੇ ਸਾਲਾਨਾ ਸਿਖਲਾਈ ਦਾ ਹਿੱਸਾ ਹੈ 사우ਦੀ ਅਰਬ ਨੇ ਧਾਰਮਿਕ ਯਾਤਰਾ ਦੀ ਆੜਹੇਠ 사우ਦੀ ਅਰਬ ਵਿੱਚ ਆਉਣ ਵਾਲੇ ਪਾਕਿਸਤਾਨੀ ਮੰਗਤਿਆਂ ਦੀ ਵੱਡੀ ਗਿਣਤੀ ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ اسلامਾਬਾਦ ਨੂੰ ਉਹਨਾਂ ਨੂੰ ਖਾੜੀ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕਾਰਵਾਈ ਕਰਨ ਲਈ ਕਿਹਾ ਹੈ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ 사우ਦੀ ਅਧਿਕਾਰੀਆਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਇਸ ਸਥਿਤੀ ਜਿੱਥਿਆ ਨਾ ਗਿਆ ਤਾਂ ਪਾਕਿਸਤਾਨੀ ਉਮਰਾਹ ਤੇ ਹੱਜ ਯਾਤਰੀਆਂ ਤੇ ਵੀ ਇਸ ਦਾ ਅਸਰ ਪੈ ਸਕਦਾ ਹੈ